ਛੋਟੇ ਛੋਟੇ ਬੱਚਿਆਂ ਨੂੰ ਗਾਲਾਂ ਸਿਖਾਉਣ ਲੱਗ ਜਾਂਦਾ ਨੇ, ਇੱਧਰ ਆਵੇ ਇਹਨੂੰ ਗਾਲ ਕੱਢ ਕੇ ਦਿਖਾ, ਉੱਥੋਂ ਤਾੜੀਆਂ ਮਾਰ ਦਿੰਦਾ ਨੇ ਬੱਚਾ ਗਾਲ ਕੱਢਦਾ। ਉਹਨਾਂ ਬੱਚਿਆਂ ਨੂੰ ਤੁਸੀਂ ਜੇ ਇਹਦੀ ਬਜਾਏ ਊੜਾ ਆੜਾ ਪੰਜਾਬੀ ਦਾ ਉਹ ਲਿਖਣ ਵਾਲੀਆਂ ਜਿਹੜੀਆਂ ਪਹਿਲਾਂ ਗਾਜਣੀਆਂ ਨਾਲ ਫੱਟੀਆਂ ਪੋਚ ਕੇ ਉੱਤੇ ਲਿਖਦੇ ਹੁੰਦੇ ਸੀ ਉਹ ਸੰਸਕਾਰ ਦਿੰਦੇ ਹੋ। ਹਵੇਲੀਆਂ ਜਾਂ ਵੱਡੀਆਂ ਵੱਡੀਆਂ ਕੋਠੀਆਂ ਬਣਾ ਕੇ ਵੱਡਾ ਘਰ ਬਣਦਾ, ਵੱਡਾ ਘਰ ਬਣਦਾ ਤੁਹਾਡਾ ਤੁਹਾਡੇ ਸੰਸਕਾਰਾਂ ਨਾਲ, ਤੁਹਾਡੇ ਰਿਲੇਸ਼ਨ ਕਿਹੋ ਜਿਹੇ ਨੇ। ਵੱਡਾ ਘਰ ਮਤਲਬ ਇਹ ਨਹੀਂ ਕਿ ਕੋਈ ਹਵੇਲੀਆਂ ਜਾਂ ਵੱਡੀਆਂ ਵੱਡੀਆਂ ਕੋਠੀਆਂ ਬਣਾ ਕੇ ਵੱਡਾ ਘਰ ਬਣਦਾ, ਵੱਡਾ ਘਰ ਬਣਦਾ ਤੁਹਾਡਾ ਤੁਹਾਡੇ ਸੰਸਕਾਰਾਂ ਨਾਲ, ਤੁਹਾਡੇ ਰਿਲੇਸ਼ਨ ਕਿਹੋ ਜਿਹੇ ਨੇ, ਆਪਣੇ ਬੱਚਿਆਂ ਨਾਲ ਕਿਹੋ ਜਿਹੇ ਨੇ, ਬੱਚਿਆਂ ਦੇ ਮਾਂ ਬਾਪ ਨਾਲ ਕਿਹੋ ਜਿਹੇ ਨੇ, ਤੁਹਾਡਾ ਮੋਹ ਪਿਆਰ ਉਹ ਪਰਿਵਾਰ 'ਚ ਕਿੰਨਾ ਕੁ ਹੈ, ਤੁਹਾਡੀ ਸਮਾਜ 'ਚ ਇੱਜ਼ਤ ਉਹ ਕਿੰਨੀ ਕੁ ਹੈ, ਤੁਸੀਂ ਆਪਣੇ ਸਮਾਜ ਬਾਰੇ ਕਿੰਨਾ ਕੁ ਸੋਚਦੇ ਹੋ, ਤੁਸੀਂ ਆਪਣੇ ਪੰਜਾਬ ਬਾਰੇ ਕਿੰਨਾ ਕੁ ਸੋਚਦੇ ਹੋ ਕਿ ਸਾਡਾ ਪੰਜਾਬ ਇਹੋ ਜਿਹਾ ਸੀ ਅਤੇ ਮੁੜ ਕੇ ਉਹੋ ਜਿਹਾ ਕਿਵੇਂ ਹੋ ਸਕਦਾ। ਇਹ ਗੱਲਾਂ ਕਿਸੇ ਹਵੇਲੀਆਂ 'ਚ ਮਹਿਲਾਂ 'ਚ ਬਹਿ ਕੇ ਨਹੀਂ ਸੋਚੀਆਂ ਜਾ ਸਕਦੀਆਂ, ਇਹ ਆਮ ਘਰ 'ਚ ਵੀ ਬੈਠ ਕੇ ਸੋਚੀਆਂ ਜਾ ਸਕਦੀਆਂ ਨੇ, ਜਿੱਥੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਜਿੱਥੇ ਇਹੋ ਜਿਹੇ ਸੰਸਕਾਰ ਨੇ, ਜਿੱਥੇ ਇਹੋ ਜਿਹੇ ਪਰਿਵਾਰ ਰਹਿੰਦੇ ਨੇ, ਸਮਝ ਲਓ ਕਿ ਉਹ ਵੱਡਾ ਘਰ ਹੈ। ਇਹ ਸਾਡੀ ਫਿਲਮ ਦੀ ਕਹਾਣੀ ਹੈ, ਨਹੀਂ ਤਾਂ ਕਈਆਂ ਨੂੰ ਵੱਡਾ ਘਰ ਕੀ ਹੋਇਆ ਸਮਝ ਨਹੀਂ ਆਉਂਦਾ। ਸਾਡੀ ਫਿਲਮ ਇਹ ਸੁਨੇਹਾ ਦਿੰਦੀ ਹੈ ਕਿ ਵੱਡੇ ਘਰ ਦੇ ਜਿਹੜੇ ਸਿਆਣੇ ਨੇ, ਬਜ਼ੁਰਗ ਨੇ, ਉਹ ਆਪਣੇ ਬੱਚਿਆਂ ਨੂੰ ਜੰਮਦਿਆਂ ਨੂੰ ਕੀ ਸੰਸਕਾਰ ਦਿੰਦੇ ਨੇ, ਕੀ ਪੜ੍ਹਾਉਂਦੇ ਨੇ, ਕੀ ਸਿਖਾਉਂਦੇ ਨੇ, ਕਿਹੋ ਜਿਹੀ ਬੋਲਬਾਣੀ ਉਹਨਾਂ ਦੀ। ਜੱਟਾਂ ਦੇ ਮੈਂ ਹੁਣ ਜ਼ਿਮੀਂਦਾਰਾਂ ਦੇ ਪੋਤਾਂ, ਕਈਆਂ ਘਰਾਂ 'ਚ ਦੇਖਿਆ ਕਿ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਗਾਲਾਂ ਸਿਖਾਉਣ ਲੱਗ ਜਾਂਦੇ ਨੇ, ਇੱਧਰ ਆਵੇ ਇਹਨੂੰ ਗਾਲ ਕੱਢ ਕੇ ਦਿਖਾ, ਉੱਥੋਂ ਤਾੜੀਆਂ ਮਾਰ ਦਿੰਦੇ ਨੇ ਬੱਚਾ ਗਾਲ ਕੱਢਦਾ। ਸੋ ਇਹਨਾਂ ਗੱਲਾਂ ਤੋਂ ਸੂਝ ਨਾਲ ਬਚਣਾ ਚਾਹੀਦਾ। ਉਹਨਾਂ ਬੱਚਿਆਂ ਨੂੰ ਤੁਸੀਂ ਜੇ ਇਹਦੀ ਬਜਾਏ ਊੜਾ ਆੜਾ ਪੰਜਾਬੀ ਦਾ ਉਹ ਲਿਖਣ ਵਾਲੀਆਂ ਜਿਹੜੀਆਂ ਪਹਿਲਾਂ ਗਾਜਣੀਆਂ ਨਾਲ ਫੱਟੀਆਂ ਪੋਚ ਕੇ ਉੱਤੇ ਲਿਖਦੇ ਹੁੰਦੇ ਸੀ ਉਹ ਸੰਸਕਾਰ ਦਿੰਦੇ ਹੋ ਕਿ ਭਾਈ ਕਾਕਾ ਊੜਾ ਇਸ ਤਰ੍ਹਾਂ ਲਿਖਿਆ ਜਾਂਦਾ ਹੈ, ਇੱਕ ਓਂਕਾਰ ਇਸ ਤਰ੍ਹਾਂ ਲਿਖਿਆ ਜਾਂਦਾ ਹੈ, ਇੱਕ ਓਂਕਾਰ ਦਾ ਮਤਲਬ ਕੀ ਹੈ। ਇਹ ਗੱਲਾਂ ਜੇ ਜੰਮਦੇ ਬੱਚਿਆਂ ਦੇ ਉਹਨਾਂ ਦੇ ਬਲੱਡ 'ਚ ਕਿਹਨੇ ਪਾਉਣੀਆਂ ਹੈ, ਉਹਨਾਂ ਦੇ ਕੰਨਾਂ 'ਚ ਕਿਹਨੇ ਪਾਉਣੀਆਂ ਹੈ, ਉਹਨਾਂ ਦੇ ਦਿਲ ਦਿਮਾਗ 'ਤੇ ਤੁਹਾਡੀਆਂ ਜਿਹੜੀਆਂ ਬਚਪਨ ਦੀਆਂ ਛਾਪਾਂ ਹੁੰਦੀਆਂ ਨੇ ਉਹ ਸਾਰੀ ਉਮਰ ਜਾਂਦੀਆਂ ਨੇ, ਮੇਰੇ ਹੁਣ ਤੱਕ ਨਹੀਂ ਜਾਂਦੀਆਂ। ਮੇਰੇ ਯਾਦ ਹੈ ਸਾਡੇ ਪਿੰਡ ਦੇ ਮਿਡਲ ਸਕੂਲ ਸੀ ਮੇਰੇ ਪਿੰਡ, ਮੈਂ ਸਾਡੇ ਨੇੜੇ ਗੁਰਦੁਆਰਾ ਸਾਹਿਬ ਸੀ, ਸਾਡੇ ਜਿਹੜੇ ਗੁਰਦੁਆਰੇ ਦੇ ਵੱਡੇ ਪਾਠੀ ਸੀ, ਮਹੰਤ ਸੀ, ਉਹਨਾਂ ਨੂੰ ਬਾਬਾ ਰਾਮ ਸਿੰਘ ਮਹੰਤੀ ਕਹਿੰਦੇ ਹੁੰਦੇ ਸੀ ਅਸੀਂ। ਉਹ ਆਪ ਪੜ੍ਹੇ ਲਿਖੇ ਘੱਟ ਸੀ, ਪਤਾ ਨਹੀਂ ਪਰਮਾਤਮਾ ਨੇ ਉਹਨਾਂ ਨੂੰ ਇਹ ਕੀ ਉਹਨਾਂ ਦੇ ਅੰਦਰ ਮਤਲਬ ਕਿੱਥੋਂ ਇਹ ਸੋਚ ਪੈਦਾ ਹੋਈ ਹੋਣੀ ਹੈ। ਉਹ ਵੱਡੇ ਵੱਡੇ ਮਿਨਿਸਟਰਾਂ ਨੂੰ ਘੇਰ ਕੇ ਪਿੰਡ ਬੁਲਾ ਲੈਂਦੇ ਸੀ ਉਹਨਾਂ ਕੋਲ ਫੰਡ ਲੈਣੇ ਸਕੂਲ ਕਿ ਹੋਰ ਵਧੀਆ ਹੋ ਜੇ, ਉਹ ਇਹੋ ਜਿਹੇ ਕੰਮ ਬਹੁਤ ਕਰਦੇ ਰਹਿੰਦੇ ਸੀਗੇ ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ। ਸਕੂਲ ਦੀ ਜਿਹੜੀ ਬਿਲਡਿੰਗ ਸੀ ਕੱਚਾ ਸਕੂਲ ਹੁੰਦਾ ਸੀ, ਕਮਰੇ ਘੱਟ ਸੀ, ਉਹਨਾਂ ਨੇ ਗੁਰਦੁਆਰਾ ਸਾਹਿਬ ਦਾ ਥਾਂ ਦੇ ਦੇਣਾ, ਉੱਥੇ ਤੱਪੜ ਵਿਛਾ ਕੇ ਮੈਂ ਉੱਥੇ ਥੱਲੇ
ਉਂਗਲ ਨਾਲ ਲਿਖਦਾ ਹੁੰਦਾ ਸੀ ਊੜਾ ਆੜਾ। ਜਦੋਂ ਉੱਥੇ ਲਿਖਦੇ ਲਿਖਦੇ ਇੱਕ ਦਿਨ ਮੈਂ ਘਰ ਮੇਰੀ ਮੈਂ ਮਾਤਾ ਨੂੰ ਬੀਬੀ ਬੀਬੀ ਕਹਿੰਦਾ ਸੀ, ਬੀਬੀ ਨੇ ਉਂਗਲ ਘਸੇ ਹੋਏ ਦੇਖ ਲਿਆ ਤੂੰ, ਮੇਰੇ ਪੁੱਤ ਆ ਕੀ ਹੋ ਗਿਆ? ਮੈਂ ਕਿਹਾ ਬੀਬੀ ਉਹ ਥੱਲੇ ਨਾ ਊੜਾ ਆੜਾ ਲਿਖਦਾ ਸੀ। ਦੂਜੇ ਦਿਨ ਬੀਬੀ ਨੇ ਆਪਣੇ ਰੀਠੇ ਹੁੰਦੇ ਸੀ ਯਾਦ ਹੈ, ਰੀਠਿਆਂ ਦਾ ਸਾਬਣ ਵੀ ਬਣਾਉਂਦੇ ਹੁੰਦੇ ਸੀਗੇ ਉਹ ਰੀਠਿਆਂ ਦੇ ਦਰਖਤ ਤੋਂ, ਉਹ ਰੀਠੇ ਦੇ ਵਿੱਚ ਛੇਦ ਕਰਕੇ ਵਿੱਚ ਲੱਕੜ ਦੀ ਛੋਟੀ ਜਿਹੀ ਇੰਨੀ ਕੁ ਗੁੱਲੀ ਜਿਹੀ ਘੜ ਕੇ, ਮਿਸਤਰੀਆਂ ਦੇ ਆਪਣੇ ਕਾਰਖਾਨੇ ਆਮ ਹੀ ਹੁੰਦੇ ਸੀ, ਕਾਰਖਾਨਾ ਕਹਿੰਦੇ ਹੁੰਦੇ ਸੀਗੇ ਜਿੱਥੇ ਤਰਖਾਣਾ ਲੁਹਾਰਾ ਕੰਮ ਹੁੰਦਾ ਸੀ, ਉਹਦੇ ਕੋਲੋਂ ਵਿੱਚ ਉਹ ਕਿੱਲੀ ਜਿਹੀ ਠੋਕ ਕੇ ਉਹ ਮੈਨੂੰ ਉਹ ਦੇਦਾ, ਕਹਿੰਦੇ ਲੈ ਅੱਜ ਤੋਂ ਮੇਰੇ ਪੁੱਤ ਦੀ ਨਾ ਉਂਗਲ ਥੱਲੇ ਮਿੱਟੀ 'ਤੇ ਉੱਥੇ ਜ਼ਖਮੀ ਨਹੀਂ ਹੋਊਗੀ, ਇੱਥੇ ਬੇਟਾ ਇਹਦੇ ਨਾਲ ਲਿਖਿਆ ਕਰ। ਉਹ ਫੜ ਕੇ ਉਹਦੇ ਨਾਲ ਊੜਾ ਆੜਾ ਲਿਖਣਾ,